ਲੋ ਜੀ ਸਾਰੀਆਂ ਗੱਲਾਂ ਛੱਡੋ, ਤੁਸੀਂ ਪਾਕਿਸਤਾਨੀ ਪੁਲਿਸ ਵੇਖੋ ਪਹਿਲੇ। ਕਹਿੰਦੇ ਜੀ ਪਾਕਿਸਤਾਨ ਤਰੱਕੀ ਨਹੀਂ ਕਰਦਾ, ਪਾਕਿਸਤਾਨੀ ਪੁਲਿਸ ਵੇਖੋ। ਇਹ ਭਲਾ ਕਿਉਂ ਇਸ ਤਰ੍ਹਾਂ ਦੇ ਭਰਤੀ ਕੀਤੇ? ਅੱਜ ਇੱਥੇ ਡਾਕੂਆਂ ਨਾਲ ਪੁਲਿਸ ਮੁਕਾਬਲਾ ਨਹੀਂ ਹੁੰਦਾ? ਡਾਕੂਆਂ ਦੇ 5-7 ਜਵਾਨ ਜਵਾਨ ਮਾਰ ਕੇ ਤੇ ਆਪਣੇ ਇਸ ਤਰ੍ਹਾਂ ਦਾ ਮਰਵਾ ਲੈਂਦੇ ਆ। ਉਹਦੀ ਕਬਰ ਦੇ ਇੱਥੇ ਬੂਟਾ ਸ਼ਹੀਦ ਚੌਂਕ। ਬਈ ਬੰਦਾ ਪੁੱਛਿਆ ਮੂੰਹ ਹੈ ਇਸ ਕੰਮ ਦੇ, ਤੂੰ ਲਾਖ ਦੀ ਲਾਣਤ। ਦੋ ਹਜ਼ਾਰ ਦੀ ਟਿਕਟ ਖਰਚ ਕੇ ਤੇ ਲੋਕੀ ਵੇਖਣ ਕੀ ਦੇ। ਬਈ ਤੂੰ ਜੋ ਇੱਥੇ ਘੰਟੇ ਦਾ ਦੁੱਧ ਫੈਂਟਣ ਦਿਆਂ, ਉਹ ਜਿਨ੍ਹਾਂ ਨੇ ਤੈਨੂੰ ਦੇਖਿਆ, ਤੈਨੂੰ ਕੋਈ ਸਿੱਧੀ ਮਾਂ ਭੈਣ ਦੀ ਗੱਲ ਕਰਦੇ, ਕੌਣ ਜ਼ਿੰਮੇਦਾਰ? ਤੂੰ ਜਦੋਂ ਪੈਦਾ ਹੋਇਆ, ਤੇਰੀ ਪੈਦਾਇਸ਼ ਤੋਂ ਬਾਅਦ 8 ਮਹੀਨੇ ਤੇਰੇ ਘਰੋਂ ਧੂੰਆਂ ਨਿਕਲਦਾ ਰਿਹਾ। ਲੋਕਾਂ ਨੇ ਜਾ ਕੇ ਇਹਦੀ ਵਾਲਦਾ ਨੂੰ ਪੁੱਛਿਆ, ਖਾਲਾ ਜੀ ਬੱਚਾ ਪੈਦਾ ਕੀਤਾ ਜਾਂ ਪੈਰਾਂ ਨੂੰ ਅੱਗ ਲਾਈਏ? ਮੈਂ ਤੇ ਪੈਦਾ ਹੋਇਆ ਸੋ ਹੋਇਆ, ਇਹ ਤੇ ਹੁੰਦੇ ਹੀ ਨਹੀਂ ਸੀ। ਅੱਛਾ, ਹਾਂਜੀ। ਹਿੰਦੀ ਮਾਂ ਨੂੰ ਮੈਂ ਪੁੱਛਿਆ ਕਿਉਂ ਨਹੀਂ ਹੁੰਦਾ, ਉਹਨੇ ਮੈਨੂੰ ਗਾਣਾ ਸੁਣਾਇਆ, ਹੋ ਨਹੀਂ ਸਕਦਾ। ਤੇ ਜਦੋਂ ਇਹ ਜੰਮ ਪਿਆ, ਇਹਦੀ ਮਾਂ ਨੇ ਵੇਖਿਆ ਇਹੋ ਜਿਹਾ ਬੱਚਾ, ਉਹਨੇ ਫੇਰ ਗਾਣਾ ਗਾਇਆ। ਅਰੇ ਨੇ ਅਰੇ ਇਹ ਕਿਆ ਹੋ, ਮੂੰਹ ਵੇਖੋ ਇਹਦੀ ਮਾਂ ਨੇ ਜੰਮਿਆ ਕੀ ਬੰਦਾ ਤੇਰੀ ਮਾਂ। ਚਲੋ ਮਾਂ ਨੂੰ ਤਾਂ ਬੰਦਾ ਕੁਛ ਨਹੀਂ ਕਹਿ ਸਕਦਾ, ਮਾਵਾਂ ਸਭ ਦੀਆਂ ਸਾਂਝੀਆਂ। ਬੰਦਾ ਤੇਰੇ ਵੀ ਪਿਓ ਨੂੰ ਚੌਂ ਚ ਖਿਲਾ ਕੇ ਦੂਰੋਂ ਆ ਕੇ ਨਹੀਂ ਕਵੇ ਚਾਚਾ ਜੀ ਫੂ ਲਾਖ ਦੀ ਲਾਣਤ। ਓਏ ਬਾਹੂਬਲੀ ਨਾਲ ਕੀ ਕਰ ਰਿਹਾ? ਬਾਹੂਬਲੀ ਨਹੀਂ ਜਨਾਬ, ਹੋਰ ਕੀ ਆ, ਤੂੰ ਕਟੱਪਾ ਦਾ ਮੁੰਡਾ ਏ ਕਾਲੀ ਮਾਤਾ ਚੋਂ। ਇਹ ਜਦੋਂ ਕਿਸੇ ਬੀਬੀ ਭੈਣ ਦੇ ਘਰ ਬੱਚੀ ਬੱਚਾ ਪੈਦਾ ਹੋਣ ਵਾਲਾ ਹੋਵੇ ਤੇ ਪੋਤੋ ਸੋਹਣੀਆਂ ਸੋਹਣੀਆਂ ਫੋਟੋਆਂ ਕਿਉਂ ਵੇਖਦੀ? ਇਸ ਵਾਸਤੇ ਕਿ ਉਹਨਾਂ ਦੇ ਘਰ ਬੱਚਾ ਖੂਬਸੂਰਤ ਪੈਦਾ ਹੋਵੇ। ਤੇ ਤੇਰੀ ਮਾਂ ਨੇ ਬਾਂਦਰਾਂ ਦੀ ਲੜਾਈ ਵੇਖ ਲਈ ਸੀ। ਇਹਦਾ ਹੋ ਗਈ
ਤੂੰ ਆਪਣਾ ਮੂੰਹ ਵੇਖ ਜਿਵੇਂ ਮੇਰਾ ਸਗਾ ਸਾਲਾ ਹੁੰਦਾ ਹੈ ਆਪਣਾ ਮੂੰਹ ਵੇਖ ਜਿਵੇਂ ਮੇਰਾ ਹੁੰਦਾ ਹੈ ਮਸ਼ੀਨ ਦੀ ਫਿਰਕੀ ਨਹੀਂ ਸੀ ਹੁੰਦੇ